ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਦੇ ਪਰਿਵਾਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਲੰਮੇ ਸਮੇਂ ਤੋਂ ਬਦਸਤੂਰ ਜਾਰੀ ਹੈ। ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਸਾਰੇ ਸਿੰਘਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਦੂਸਰਾ ਉਹਨਾਂ ਦੇ ਉੱਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਗਿਆ ਉਹ ਬੇਲੋੜਾ ਲਗਾਇਆ ਗਿਆ ਅਤੇ ਉਹਨੂੰ ਵਾਪਸ ਲਿਆ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਜ ਇਸੇ ਪ੍ਰਦਰਸ਼ਨ ਦੇ ਵਿੱਚ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ, ਜਿੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿੰਘਾਂ ਨੂੰ ਜਾਣ ਬੁੱਝ ਕੇ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ। ਉਹਨਾਂ ਆਖਿਆ ਕਿ ਇਹ ਬਿਰਤਾਂਤ ਪਹਿਲੀ ਵਾਰ ਨਹੀਂ ਸਿਰਜਿਆ ਗਿਆ, ਇਸ ਤੋਂ ਪਹਿਲਾਂ ਵੀ ਜੋਧਪੁਰ ਅਤੇ ਬਿਹਾਰ ਦੀਆਂ ਜੇਲ੍ਹਾਂ ਦੇ ਵਿੱਚ ਸਿੰਘਾਂ ਨੂੰ ਡੱਕਿਆ ਜਾਂਦਾ ਰਿਹਾ ਅਤੇ ਉਹਨਾਂ ਦਾ ਮਕਸਦ ਹੁੰਦਾ ਸੀ ਕਿ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਕਨੈਕਸ਼ਨ ਹੈ ਜਿਹੜਾ ਉਹ ਤੋੜਿਆ ਜਾਵੇ। ਤਾਂ ਇਸੇ ਚੀਜ਼ ਨੂੰ ਲੈ ਕੇ ਉਹਨਾਂ ਆਖਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਵੀ ਇਸੇ ਮਕਸਦ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਅਤੇ ਇਸੇ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਇੱਕ ਵਾਰੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ 'ਤੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ। ਉੱਥੇ ਜੇਲ੍ਹ ਦੇ ਵਿੱਚ ਵੀ ਬਹੁਤ ਵੱਡਾ ਪਹਿਲਾਂ ਸੰਘਰਸ਼ ਕਰਨਾ ਪਿਆ ਕਿ ਮੁਲਾਕਾਤਾਂ ਨਹੀਂ ਸੀ ਕਰਨ ਦਿੰਦੇ। ਪਰਿਵਾਰ ਨੇ ਵੱਡੀ ਜਦੋਜਹਿਦ ਕੀਤੀ, ਸ਼੍ਰੋਮਣੀ ਕਮੇਟੀ ਵੱਲੋਂ ਵੀ ਜਦੋਜਹਿਦ ਹੋਈ। ਅੰਤ ਕੁਛ ਸਮਾਂ ਸੰਘਰਸ਼ ਕਰਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਬਣਿਆ। ਉਸ ਤੋਂ ਬਾਅਦ ਉਹਦੀ ਕਾਨੂੰਨੀ ਪ੍ਰਕਿਰਿਆ ਚੱਲਣੀ ਸੀ, ਉਹ NSA ਜਿਹੜੀ ਉਹਦੀ ਕਨਫਰਮੇਸ਼ਨ ਹੋ ਗਈ। ਹਾਈ ਕੋਰਟ ਦੇ ਵਿੱਚ ਚੈਲੇਂਜ ਕੀਤੀ, ਉਹ ਹਾਲੇ ਸਿਵਲ ਰਿਟ ਪਟੀਸ਼ਨ ਦੇ ਤੌਰ 'ਤੇ ਪੈਂਡਿੰਗ ਆ। ਪਰ ਆਹ ਜਿਹੜਾ ਹੁਣ ਮਸਲਾ ਇੱਕ ਨਵਾਂ ਸ਼ੁਰੂ ਹੋਇਆ ਕਿ ਜੇਲ੍ਹਾਂ ਪਹਿਲਾਂ ਵੀ ਸਿੰਘ ਪੰਜਾਬ ਤੋਂ ਬਾਹਰ ਕੱਟਦੇ ਰਹੇ ਆ, ਕਦੇ ਜੋਧਪੁਰ ਦੀਆਂ ਜੇਲ੍ਹਾਂ, ਕਦੇ ਉੱਧਰ ਬਿਹਾਰ ਵਾਲੇ ਪਾਸੇ ਦੇ ਵਿੱਚ। ਪਰ ਜਿਹੜੀ ਨਵੀਂ ਪਿਰਤ ਡਿਬਰੂਗੜ੍ਹ ਦੇ ਵਿੱਚ ਪਈ ਕਿ ਉਹਨਾਂ ਦਾ ਜਿਹੜਾ ਇੱਕ ਲਿੰਕ ਪਰਿਵਾਰ ਨਾਲੋਂ ਪੰਜਾਬ ਨਾਲੋਂ ਕੱਟ ਦਿੱਤਾ, ਕਿਉਂਕਿ ਲਿੰਕ ਪਰਿਵਾਰ ਦੇ ਨਾਲ ਕਦੇ ਵੀ ਕੱਟਿਆ ਨਹੀਂ ਜਾਂਦਾ ਹੁੰਦਾ, ਇਹ ਅਜੋਕਾ ਯੁੱਗ ਆ। ਅਤੇ ਸਭ ਤੋਂ ਵੱਡੀ ਘਿਨਾਉਣੀ ਹਰਕਤ ਕਿ ਇੱਦਾਂ ਨਹੀਂ ਕਦੇ ਹੋਈ ਪਈ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾ ਦਿੱਤੇ ਜਾਣ, ਇਤਿਹਾਸਕ ਉਹਨਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਲਈ ਬੜਾ ਵੱਡਾ ਯਤਨ ਕੀਤਾ ਗਿਆ। ਓੜਕ ਫਿਰ ਉਹਨਾਂ ਸਾਰਿਆਂ ਵੀਰਾਂ ਨੇ ਜਿਹੜੇ ਉੱਥੇ ਬੈਠੇ ਆ, ਉਹਨਾਂ ਨੇ ਆਪਣੇ ਸੰਘਰਸ਼ ਦਾ ਰਾਹ ਚੁਣਿਆ। ਉਹ ਸੰਘਰਸ਼ ਦਾ ਰਾਹ ਸੀ ਵੀ ਭੁੱਖ ਹੜਤਾਲ, ਉਹਨਾਂ ਨੇ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ। ਅਤੇ ਕੁਦਰਤੀ ਆ, ਜਿਸ ਵੇਲੇ ਬੱਚੇ ਭੁੱਖ ਹੜਤਾਲ 'ਤੇ ਹੋਣ ਅਤੇ ਮਾਂ ਪਿਓ ਅਤੇ ਪਰਿਵਾਰਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਜਿਹੜੀ ਉਹ ਵੱਧ ਜਾਂਦੀ ਹੈ। ਸੋ ਇੱਥੇ ਜਿਹੜੇ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਮੁੱਚਾ ਪਰਿਵਾਰ, ਪਿਤਾ ਜੀ, ਮਾਤਾ ਜੀ ਅਤੇ ਦੂਸਰੇ ਜਿਹੜੇ ਸਾਡੇ ਉੱਥੇ NSA ਦੇ ਵਿੱਚ ਸਿੰਘ ਬੰਦ ਆ ਉਹਨਾਂ ਦੇ ਪਰਿਵਾਰ, ਉਹ ਸਾਰੇ ਇੱਥੇ ਬੈਠੇ ਆ ਭੁੱਖ ਹੜਤਾਲ 'ਤੇ। ਅਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਸਮਾਂ ਦਿੱਤਾ ਗੱਲ ਕਰੋ, ਨਹੀਂ ਗੱਲ ਕੀਤੀ ਵੀ 24 ਘੰਟਿਆਂ ਦਾ ਸਮਾਂ ਦਿੱਤਾ ਗੱਲ ਕਰੋ, ਨਹੀਂ ਕੀਤੀ, 36 ਘੰਟਿਆਂ ਦਾ ਸਮਾਂ ਨਿਕਲ ਗਿਆ। ਕਿਹੜੀ ਪ੍ਰੀਖਿਆ ਲੈ ਰਹੇ ਹਾਂ ਸਿੱਖ ਕੌਮ ਦੀ? ਉਹ ਕੋਈ ਜਾਤੀ ਕਾਰਜ ਲਈ ਨਹੀਂ ਅੰਦਰ ਗਏ, ਉਹ ਇੱਕ ਪੀੜਾ ਲੈ ਕੇ ਅੰਦਰ ਗਏ। ਚਲੋ ਤੁਹਾਡਾ ਕਾਨੂੰਨ ਕਹਿੰਦਾ ਉਹ ਚੱਲੀ ਜਾਣ ਦਿਓ, ਅਤੇ ਜਿਲ੍ਹੇ ਜਾਤੀਆਂ ਕਰੋਗੇ ਫਿਰ ਬੰਦਾ ਕਿਹੜਾ ਰਾਹ ਚੁਣੂਗਾ? ਭਾਵੇਂ ਗੁਰਮਤ ਦਾ ਇਹ ਕੰਸੈਪਟ ਨਹੀਂ, ਮੇਰੇ ਤੋਂ ਇਹ ਭਾਈ ਸਾਹਿਬ ਆਪ ਸਿਆਣੇ ਆ ਕਿ ਭੁੱਖ ਹੜਤਾਲ ਸਰੀਰਕ ਕਸ਼ਟ ਦੇਣਾ, ਪਰ ਸਰਕਾਰ ਨੂੰ ਜਿਲ੍ਹੇ ਤੁਸੀਂ ਰੋਸ ਪ੍ਰਦਰਸ਼ਨ ਕਰਨਾ ਕਿਹੜਾ ਢੰਗ ਆ? ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ, ਸਰਕਾਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੱਲਾਂ ਕਰਨ ਨੂੰ ਜੇ ਭੇਜਦੇ ਹਾਂ ਚਿੱਠੀਆਂ ਤਾਂ ਟਾਈਮ ਦੇਣ ਨੂੰ ਤਿਆਰ ਨੇਗੇ। ਸੋ ਇਹਨਾਂ ਨੇ ਕੱਲ੍ਹ ਦਾ ਫਿਰ ਇਹ ਰਾਹ ਚੁਣਿਆ। ਮੈਂ ਪਰਿਵਾਰ ਨੂੰ ਬੇਨਤੀ ਕਰੂੰਗਾ, ਭਾਈ ਸਾਹਿਬ ਜੀ ਨੂੰ, ਮਾਤਾ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਠੀਕ ਹੈ ਵੀ ਤੁਹਾਡੀ ਪੀੜਾ ਅਤੇ ਚਿੰਤਾ ਉਹ ਵੱਧ ਆ, ਕਿਉਂਕਿ ਬੇਟੇ ਆ ਬੱਚੇ ਆ ਉੱਥੇ ਬੈਠੇ ਭੁੱਖ ਹੜਤਾਲ ਕਰਕੇ, ਅਤੇ ਮਾਂ ਪਿਓ ਹੀ ਰੱਬ ਤੋਂ ਬਾਅਦ ਲਾਗੇ ਹੁੰਦਾ ਜਿਹਨੂੰ ਆਪਣੀ ਔਲਾਦ ਦਾ ਦਰਦ ਹੁੰਦਾ। ਪਰ ਜੇ ਆਪਾਂ ਐਵੇਂ ਸਰੀਰ ਨੂੰ ਹੋਰ ਕਸ਼ਟ ਦੇਵਾਂਗੇ ਤਾਂ ਲੜਾਈ ਤਾਂ ਆਪਾਂ ਸਰੀਰਾਂ ਨਾਲ ਹੀ ਲੜਨੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲੀਗਲ ਅਸਿਸਟੈਂਸ ਹਰ ਇੱਕ ਢੰਗ ਨਾਲ ਦਿੰਦੀ ਆ, ਅਗਾਂਹ ਵੀ ਅਸੀਂ ਬਚਨ ਬੰਨਦੇ ਹਾਂ। ਅਤੇ ਮੈਂ ਇੱਥੇ ਜਿੰਨੇ ਪਰਿਵਾਰ ਬੈਠੇ ਆ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਉਹ ਰਾਹ ਚੁਣੀਏ ਜਿਹਦੇ ਵਿੱਚੋਂ ਕਾਨੂੰਨੀ ਲੜਾਈ ਇੱਕ ਸਾਡੀ ਆ, ਦੂਸਰੀ ਲੋਕਾਂ ਦੀ ਕਚਹਿਰੀ ਦੀ ਲੜਾਈ ਆ। ਅਤੇ ਜੇ ਆਪਾਂ ਇੱਥੇ ਭੁੱਖ ਹੜਤਾਲਾਂ 'ਤੇ ਬੈਠਾਂਗੇ ਸਰੀਰਾਂ ਦੇ ਨੁਕਸਾਨ ਹੋਣਗੇ, ਉਹ ਮੇਰਾ ਖਿਆਲ ਸਾਨੂੰ ਚੰਗਾ ਨਹੀਂ ਲੱਗਣਾ। ਪਰ ਅੱਜ ਮੈਂ ਸਿੰਘ ਸਾਹਿਬ ਜੀ ਨਾਲ ਵੀ ਬੈਠ ਕੇ ਵਿਚਾਰ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਇਹ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਆਪਾਂ ਬੈਠ ਕੇ ਵਿਚਾਰ ਕਰਕੇ ਅਗਲਾ ਕੀ ਰਣਨੀਤੀ ਕਰਨੀ ਆ ਉਹ ਰਣਨੀਤੀ ਦੇ ਤਹਿਤ ਚੱਲਾਂਗੇ। ਹੁਣ ਮੈਨੂੰ ਇੱਥੇ ਬੈਠਿਆਂ ਨੂੰ ਪਤਾ ਲੱਗਾ ਵੀ ਭਗਵੰਤ ਨੇ ਮਾਨ ਨੇ ਸ਼ਾਇਦ ਕੱਲ੍ਹ ਨੂੰ ਮੀਟਿੰਗ ਸੱਦੀ ਆ, ਕੁਝ ਕਹਿੰਦੇ ਕੈਂਸਲ ਕਰ ਦਿੱਤੀ ਆ। ਫਰਜ਼ ਤਾਂ ਉਹਦਾ ਬਣਦਾ ਸੀ ਕਿ ਆ ਕੇ ਇੱਥੇ ਸਾਰ ਲਵੇ, ਪਰ ਜੇ ਮੇਰਾ ਖਿਆਲ ਲਾ ਐਂਡ ਆਰਡਰ ਦੀਆਂ ਇੱਦਾਂ ਸਮੱਸਿਆ ਵਧਾਓਗੇ, ਉੱਧਰ ਕਿਸਾਨ ਬੈਠੇ ਆ ਉਹ ਆ ਕੇ ਹਰਿਆਣੇ ਵਾਲੇ ਗੋਲੀਆਂ ਮਾਰ ਕੇ ਇੱਕ ਸਾਡਾ ਸਿੰਘ ਸ਼ਹੀਦ ਕਰ ਗਏ, ਟਾਇਰ ਸਾਰੇ ਪੈਂਚਰ ਕਰ ਗਏ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ, ਉਹ ਵਿਚਾਰੇ ਹਸਪਤਾਲਾਂ 'ਚ ਬੈਠੇ। ਅਤੇ ਆਹ ਪਰਿਵਾਰ ਜਿਹੜਾ ਹੈ NSA ਲਾਗੇ ਠੀਕ ਆ, ਤੁਸੀਂ ਸਾਡੇ ਕਾਨੂੰਨ ਨੇ ਲਾ ਦਿੱਤੀ, ਸਾਡਾ ਕਾਨੂੰਨੀ ਚਾਰਾਜੋਰੀ ਅਸੀਂ ਕਰਨ ਡਏ ਹਾਂ ਪੂਰੇ ਜ਼ੋਰ 'ਤੇ, ਉਹ ਕੋਈ ਨਹੀਂ ਲੜਾਈ ਅਸੀਂ ਕੋਰਟਾਂ 'ਚ ਲੜੀ ਜਾਂਦੇ। ਪਰ ਜਿਹੜਾ ਉੱਥੇ ਉਹਨਾਂ ਨੂੰ ਫਿਜ਼ੀਕਲ ਟੋਰਚਰ ਕੀਤਾ ਜਾ ਰਿਹਾ, ਮੈਂਟਲ ਟੋਰਚਰ ਕੀਤਾ ਜਾ ਰਿਹਾ, ਇਹ ਜੇਲ੍ਹ ਦੇ ਵਿੱਚ ਐਵੇਂ ਨਹੀਂ ਕਦੇ ਵੀ ਹੋਇਆ। ਸੋ ਉਹ ਤੋਂ ਪੀੜਤ ਉਹ ਵਿਚਾਰੇ ਅੰਦਰ ਬੈਠੇ ਭੁੱਖ ਹੜਤਾਲ 'ਤੇ, ਉੱਧਰੋਂ ਪਰਿਵਾਰ ਬੈਠੇ ਆ। ਸੋ ਮੈਂ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ, ਪੰਥ ਤੁਹਾਡੇ ਨਾਲ ਆ, ਆਪਾਂ ਉਹ ਰਾਹ ਚੁਣੀਏ ਜਿਸ ਰਾਹ ਦੇ ਵਿੱਚੋਂ ਆਪਾਂ ਸਰਕਾਰ ਦੇ ਨਾਲ ਲੜਾਈ 'ਚੋਂ ਸਫਲ ਹੋ ਕੇ ਨਿਕਲੀਏ। ਅਤੇ ਆਹ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਰੀਰਕ ਕਸ਼ਟ ਦੇਵਾਂਗੇ ਹੋਰ, ਅਤੇ ਸਰਕਾਰ ਤਾਂ ਸ਼ਾਇਦ ਐਵੇਂ ਦੇ ਕਾਰਜਾਂ ਨੂੰ ਚਾਹੁੰਦੀ ਹੋਵੇ, ਹੱਲ ਤਾਂ ਕੋਈ ਕਰਨ ਨੂੰ ਤਿਆਰ ਨਹੀਂ। ਸੋ ਮੈਂ ਪਰਿਵਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਇਆ ਸੀ, ਇਹਨਾਂ ਦੇ ਨਾਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਪੱਖ ਤੋਂ ਸਹਿਯੋਗ ਕਰ ਰਹੀ ਆ, ਅਤੇ ਜਾ ਕੇ ਸਿੰਘ ਸਾਹਿਬ ਨਾਲ ਵੀ ਬੈਠ ਕੇ ਵਿਚਾਰ ਕਰਦੇ ਹਾਂ ਕਿ ਇਹਨਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਿਆਨ ਕਰਕੇ ਬੈਠ ਕੇ ਆਪੋ ਵਿੱਚ ਹੀ ਮੀਟਿੰਗ ਕਰਕੇ ਇਹਦਾ ਗਾਹਾਂ ਜਿਹੜਾ ਉਹ ਹੱਲ ਲੱਭਿਆ ਜਾ ਸਕੇ, ਤਾਂ ਕਿ ਭੁੱਖ ਹੜਤਾਲ ਦੇ ਨਾਲ ਕਈ ਵਾਰੀ ਡੈਫੀਸ਼ੈਂਸੀਜ਼ ਆ ਜਾਂਦੀਆਂ ਸਰੀਰ ਦੇ ਵਿੱਚ, ਉਹਨਾਂ ਤੋਂ ਬਚਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਆਏ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਮਸਲੇ ਨੂੰ ਸਮਝਦਿਆਂ, ਸਾਡੀ ਪੀੜਾ ਨੂੰ ਸਮਝਦਿਆਂ ਹੋਇਆਂ ਸਾਡੇ ਨਾਲ ਖੜ੍ਹਨ ਦਾ ਯਤਨ ਕੀਤਾ, ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਸੀਂ ਅੱਗੇ ਤੋਂ ਵੀ ਕਹਿੰਦੇ ਕਿ ਸਾਨੂੰ ਵੱਧ ਤੋਂ ਵੱਧ ਸੰਗਤਾਂ ਸਹਿਯੋਗ ਦੇਣ, ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੂੰ ਵੀ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਇਕੱਠੇ ਹੋ ਕੇ ਇਹ ਮਸਲੇ ਨੂੰ ਹੱਲ ਕਰੀਏ। ਪ੍ਰਧਾਨ ਜੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਹਰ ਪੱਖ ਤੋਂ ਜਿੱਦਾਂ ਵੀ ਇਹ ਤੁਸੀਂ ਇਹ ਭੁੱਖ ਹੜਤਾਲ ਵਾਲਾ ਰਸਤਾ ਸਹੀ ਨਹੀਂ ਗਾ, ਪਰ ਉਹਨਾਂ ਕੋਲ ਤਾਂ ਹੈ ਨਹੀਂ, ਇਹ ਰਸਤਾ ਹੀ ਇਹ ਰਹਿ ਗਿਆ, ਅਤੇ ਅਸੀਂ ਵੀ ਹੁਣ ਸੋਚ ਵਿਚਾਰ ਕਰਾਂਗੇ ਜਿੱਦਾਂ ਸਾਨੂੰ ਕੋਈ ਜਥੇਦਾਰ ਸਾਹਿਬ ਜਾਂ ਕੋਈ ਹੁਕਮ ਲਾਊਗੀ ਕੌਮ ਅਸੀਂ ਉਸੇ ਹਿਸਾਬ ਨਾਲ ਅੱਗੇ। ਹਾਂਜੀ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਏ ਧਾਮੀ ਸਾਹਿਬ, ਉਹਨਾਂ ਨੇ ਕਿਹਾ ਸੀ ਹਰ ਪੱਖ ਤੋਂ ਤੁਹਾਡੇ ਨਾਲ ਆ, ਅਤੇ ਜਿੱਦਾਂ ਵੀ ਤੁਹਾਡਾ ਸਹਿਯੋਗ ਦੇ ਸਕਾਂਗੇ ਦੇਵਾਂਗੇ। ਅਤੇ ਬਾਕੀ ਇਹ ਮੇਰੀ ਸਾਰੀ ਸੰਗਤ ਨੂੰ ਹੀ ਮੇਰੀ ਅਪੀਲ ਬੇਨਤੀ ਆ ਵੀ ਸਾਰੀ ਇੱਥੇ ਆਪਾਂ ਵੱਧ ਚੜ੍ਹ ਕੇ ਇਕੱਠੇ ਹੋਈਏ ਤਾਂ ਕਿ ਜੰਗਾ ਇਕੱਠ ਹੋਵੇ, ਅਤੇ ਫਿਰ ਹੀ ਸਰਕਾਰਾਂ ਨੂੰ ਥੋੜ੍ਹਾ ਬਹੁਤਾ ਕੋਈ ਅਸਰ ਹੋ ਸਕਦਾ।
ਜਿੰਨੀ ਵੀ ਸੰਗਤ ਭਾਈ ਸਾਹਿਬ ਨੂੰ ਪਿਆਰ ਕਰਦੀ ਚਾਹੇ ਆਪਣੇ ਪੰਥ ਨੂੰ ਪਿਆਰ ਕਰਦੀ, ਕਿਉਂਕਿ ਪੰਥ ਵਾਸਤੇ ਤੁਰਿਆ ਸੀ, ਉਹਦਾ ਕੋਈ ਨਿੱਜੀ ਮਸਲਾ ਤਾਂ ਹੈ ਨਹੀਂ ਸੀ, ਅਤੇ ਉਹ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਇੱਥੇ, ਮੇਰੀ ਅਪੀਲ ਆ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਣ ਤਾਂ ਕਿ ਆਪਾਂ ਵੱਧ ਚੜ੍ਹ ਕੇ ਜਿਹੜਾ ਇਕੱਠ ਦਾ ਰੂਪ ਆ ਉਹ ਵੱਧ ਚੜ੍ਹ ਕੇ ਦਿਖੇ ਸਰਕਾਰਾਂ ਨੂੰ।